ਆ ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ, ਇਹ ਕਿੱਦਾਂ ਲੱਗੀ? ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ ਰਸਤੇ 'ਚ, ਮੈਨੂੰ ਫੋਨ ਆਇਆ ਕਿ ਇੱਦਾਂ ਅੱਗ ਲੱਗੀ ਹੈ। ਜਦ ਮੈਂ ਆਇਆ ਇੱਥੇ ਤਾਂ ਸਭ ਕੁਛ ਤਬਾਹ ਹੋ ਚੁੱਕਿਆ ਹੋਇਆ। ਹੁਣ ਕਿੰਨਾ ਕੁ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ? ਨੁਕਸਾਨ ਤਾਂ ਭਾਅ ਜੀ ਦੱਸ ਨਹੀਂ ਸਕਦੇ, ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੈ। ਸਵੇਰ ਤੋਂ ਉੱਥੋਂ ਹੀ ਕੋਈ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ, ਬੜਾ ਦੁਖਦਾਈ ਸਮਾਚਾਰ ਮਿਲਿਆ ਅਤੇ ਬਹੁਤ ਹੀ ਜਾ ਕੇ ਦੇਖਿਆ ਕਿ ਕਰੋੜਾਂ ਦੇ ਤੋਂ ਜ਼ਿਆਦਾ ਨੁਕਸਾਨ ਹੋ ਗਿਆ। ਗੋਇੰਦਵਾਲ ਸਾਹਿਬ ਦੇ ਵਿੱਚ ਧਾਗਾ ਫੈਕਟਰੀ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸਿਆ ਜਾ ਰਿਹਾ ਕਿ 6 ਕਰੋੜ ਤੋਂ ਜ਼ਿਆਦਾ ਰੁਪਈਆਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਜਿਵੇਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤਾਂ ਉਹਨਾਂ ਦੇ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਅਤੇ ਹੋਰ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਅੱਗ ਬੁਝਾਉਣ ਲਈ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਸੀ। ਜਦੋਂ ਤੱਕ ਗੱਡੀਆਂ ਨੂੰ ਮੰਗਵਾਇਆ ਗਿਆ ਉਦੋਂ ਤੱਕ ਕਰੋੜਾਂ ਰੁਪਈਆਂ ਦਾ ਨੁਕਸਾਨ ਹੋ ਚੁੱਕਿਆ ਸੀ। ਸੁਰਿੰਦਰ ਸਿੰਘ ਜੀ, ਕਿਹੜਾ ਪਿੰਡ? ਅੰਮ੍ਰਿਤਸਰ ਰਹਿਸ਼ ਮੇਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ। ਗੋਇੰਦਵਾਲ ਸਾਹਿਬ, ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ, ਇਹ ਕਿੱਦਾਂ ਲੱਗੀ? ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ। ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ, ਰਹਿਸ਼ ਮੇਰੀ ਅੰਮ੍ਰਿਤਸਰ ਆ, ਰਸਤੇ 'ਚ ਮੈਂ ਆ ਰਿਹਾ ਸੀ, ਕਿਉਂ ਅੱਗੇ ਤਾਂ 10 ਵਜੇ ਆ ਜਾਈਦਾ ਇੱਥੇ। ਅੱਜ ਲੇਟ ਹੋਣ ਦਾ ਕਾਰਨ ਇਹ ਹੋਇਆ ਕਿ ਮੈਂ ਸਮਾਨ ਕੁਛ ਖਰੀਦਣ ਲੱਗ ਪਿਆ, ਬਾਜ਼ਾਰ 10:30-11 ਵਜੇ ਨਾਲ ਖੁੱਲ੍ਹਦਾ, ਸਮਾਨ ਲੈ ਕੇ ਮੈਂ ਆਇਆ। ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਦਾਂ ਅੱਗ ਲੱਗੀ ਹੈ। ਜਦ ਮੈਂ ਆਇਆ ਇੱਥੇ ਤਾਂ ਸਭ ਕੁਛ ਤਬਾਹ ਹੋ ਚੁੱਕਿਆ ਹੋਇਆ। ਅਤੇ ਤੁਹਾਨੂੰ ਕਿੰਨੇ ਵਜੇ ਘਟਨਾ ਦਾ ਪਤਾ ਲੱਗਾ? ਮੈਨੂੰ ਪ੍ਰੋਪਰ ਪਿਆ ਜੀ, ਤੁਹਾਨੂੰ ਫੋਨ ਮੈਨੂੰ ਪਹਿਲਾਂ ਇਹਨਾਂ ਦਾ ਆਇਆ, ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ, ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਫੋਨ ਆਇਆ ਮੇਰਾ ਖਿਆਲ 12 ਵਜੇ ਨਾ ਆਇਆ। ਹਾਂਜੀ, ਹੁਣ ਕਿੰਨਾ ਕੁ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ? ਨੁਕਸਾਨ ਤਾਂ ਭਾਅ ਜੀ ਦੱਸ ਨਹੀਂ ਸਕਦੇ, ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਆ। ਇਹ ਆਪਣਾ ਕਦਾ, ਇਹ ਕਦੀ ਫੈਕਟਰੀ ਕਦੀ ਤੁਹਾਡੀ? ਧਾਗਾ ਮਿਲ ਸੀ ਜੀ। ਅਤੇ ਵਰਕਰ ਕਿੱਦਾਂ, ਸਾਰੇ ਸੇਫ ਨੇ ਜਿਹੜੇ ਕੰਮ ਕਰਦੇ? ਵਰਕਰ ਸੇਫ ਆ ਜੀ, ਵਰਕਰ ਜਦੋਂ ਜ਼ਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ, ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ, ਵਰਕਰ ਬਾਹਰ ਆ ਗਏ। ਪਹਿਲਾਂ ਤਾਂ ਜਦੋਂ ਜਦ ਕਰਦੇ ਰਹੇ, ਮੁੜ ਕੇ ਜ਼ਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ। ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਤੁਹਾਡੇ ਆ ਗਈਆਂ ਫਾਇਰ ਬ੍ਰਿਗੇਡ ਟਾਈਮ? ਨਹੀਂ ਜੀ, ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ। ਅਤੇ ਰਸਤੇ ਦੇ ਵਿੱਚ ਉਹ ਮੇਰਾ ਬੇਟੇ ਨੂੰ ਮੈਂ ਫੋਨ ਕੀਤਾ, ਮੈਂ ਤਾਂ ਗੱਡੀ ਚਲਾ ਰਿਹਾ ਸੀ, ਉਹ ਅੰਮ੍ਰਿਤਸਰ ਸੀ, ਮੈਂ ਕਿਹਾ ਜਿੰਨੀਆਂ ਵੀ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ, ਪਰ ਜਦੋਂ ਫਾਇਰ ਬ੍ਰਿਗੇਡ ਗੱਡੀ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ। ਹੁਣ ਜਿਸ ਤਰੀਕੇ ਨੇ ਦੱਸਿਆ ਵੀ ਕਰੋੜਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਤੁਹਾਡਾ, ਅਤੇ ਕੀ ਹੁਣ ਸਰਕਾਰ ਕੋਲੋਂ ਜਾਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗ ਤੁਹਾਡੀ? ਪ੍ਰਸ਼ਾਸਨ ਕੋਲ ਮੰਗ ਇਹ ਆ ਜੀ, ਇੱਕ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋਇੰਦਵਾਲ ਇੰਡਸਟਰੀ ਏਰੀਏ 'ਚ ਸੀਗੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਫਾਇਰ ਬ੍ਰਿਗੇਡ ਦਾ ਦਫ਼ਤਰ ਵੀ ਸੀਗਾ, ਅਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਇੱਥੇ ਚੁੱਕ ਲਈਆਂ, ਨਾ ਹੁਣ ਇੱਥੇ ਕੋਈ ਗੱਡੀ ਆ, ਨਾ ਕੋਈ ਦਫ਼ਤਰ ਆ ਫਾਇਰ ਬ੍ਰਿਗੇਡ ਦਾ। ਦੂਰ ਤੋਂ ਆਉਂਦੀਆਂ, ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ, ਤਰਨ ਤਾਰਨ ਤੋਂ ਆਈ ਆ, ਪੱਟੀ ਤੋਂ ਆਈ ਆ, ਆਉਂਦਿਆਂ ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਅਤੇ ਉਹਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ, ਤਾਂ ਮਤਲਬ ਮਿੰਟਾਂ ਸਕਿੰਟਾਂ 'ਚ ਹੀ ਹੋਇਆ ਸਭ ਕੁਛ। ਸਭ ਜਿਹੜੀ ਅੱਜ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ, ਕਾਹਦੀ ਫੈਕਟਰੀ ਦੇ ਕਿੰਨੇ ਨੰਬਰ ਫੈਕਟਰੀ ਹੈ ਜੀ? ਦੇਖੋ ਜੀ, ਅੱਜ ਸਵੇਰ ਤੋਂ ਬੜੀ ਦੁਖਦਾਈ ਖਬਰ ਸੁਣਨ ਨੂੰ ਮਿਲੀ ਕਿ ਸਤਿਗੁਰੂ ਸਪਿਨਿੰਗ ਮਿਲ ਜਿਹੜੀ ਕਿ 49 ਨੰਬਰ
ਇੰਡਸਟਰੀ ਕੰਪਲੈਕਸ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀ ਕਿ ਧਾਗੇ ਦੀ ਫੈਕਟਰੀ ਸੀਗੀ ਅਤੇ ਸਵੇਰ ਤੋਂ ਉੱਥੋਂ ਹੀ ਇੱਕ ਸ਼ੋਰਟ ਸਰਕਟ ਦੇ ਨਾਲ ਅੱਗ ਲੱਗੀ। ਬੜਾ ਦੁਖਦਾਈ ਸਮਾਚਾਰ ਦੇਖਣ ਨੂੰ ਮਿਲਿਆ ਅਤੇ ਬਹੁਤ ਹੀ ਜਾ ਕੇ ਦੇਖਿਆ ਕਿ ਕਰੋੜਾਂ ਦੇ ਤੋਂ ਜ਼ਿਆਦਾ ਨੁਕਸਾਨ ਹੋ ਗਿਆ ਫੈਕਟਰੀ ਦੇ ਵਿੱਚ, ਕਿਉਂਕਿ ਕਾਫੀ ਪੱਧਰ 'ਤੇ ਰਾ ਮਟੀਰੀਅਲ ਜਿਹੜਾ ਪਿਆ ਸੀ ਉੱਥੇ ਔਰ ਤਿਆਰ ਕੀਤਾ ਹੋਇਆ ਮਾਲ ਜਿਹੜਾ ਉਹ ਵੀ ਬੜੇ ਵੱਡੇ ਪੱਧਰ 'ਤੇ ਪਿਆ ਸੀਗਾ ਅਤੇ ਬਹੁਤ ਹੀ ਦੁਖਦਾਈ ਸਮਾਚਾਰ ਹੈ। ਅਤੇ ਸਭ ਤੋਂ ਮੈਂ ਸਮਝਦਾ ਕਿ ਬੜੀ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ ਕਿ ਇਸ ਇੰਡਸਟਰੀ ਕੰਪਲੈਕਸ ਦੇ ਵਿੱਚ ਜਿੱਥੇ 80-90 ਪ੍ਰੋਜੈਕਟ ਹੈ, ਬੜੇ ਵੱਡੇ ਵੱਡੇ ਪ੍ਰੋਜੈਕਟ ਵੀ ਇੱਥੇ ਚੱਲ ਰਹੇ ਆ, ਪਰ ਇੱਥੇ ਫਾਇਰ ਬ੍ਰਿਗੇਡ ਦੀ ਇੱਕ ਵੀ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਕੁਛ ਸਮਾਂ ਪਹਿਲਾਂ �ਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਤਾਂ ਉਦੋਂ ਅਸੀਂ ਇੱਥੇ ਇੱਕ ਪ੍ਰਬੰਧ ਕੀਤਾ ਸੀਗਾ ਕਿ 2 ਗੱਡੀਆਂ ਔਰ ਸਾਰੇ ਡਰਾਈਵਰ ਵਧੀਆ ਇੱਕ ਫਾਇਰ ਬ੍ਰਿਗੇਡ ਦਾ ਦਫ਼ਤਰ ਬਣਾਇਆ ਸੀਗਾ, ਸਾਰਾ ਪਾਣੀ ਦਾ ਟੈਂਕਰ ਵਗੈਰਾ ਬਣਾ ਕੇ ਵਧੀਆ ਪ੍ਰਬੰਧ ਕੀਤਾ ਸੀਗਾ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕੋਈ ਖਿਆਲ ਹੀ ਨਹੀਂ ਕੀਤਾ। ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਖੁਦਾ ਨਾ ਖਾਸਤਾ ਜਿਵੇਂ ਅੱਜ ਐਡੀ ਵੱਡੀ ਘਟਨਾ ਵਾਪਰੀ ਹੈ, ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਵਾਸਤੇ ਕੋਈ ਵੀ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ। ਜਦੋਂ ਮਾੜੀ ਘਟਨਾ ਵਾਪਰਦੀ, ਅੱਜ ਜਦੋਂ ਸ਼ੋਰਟ ਸਰਕਟ ਦੇ ਨਾਲ ਅੱਗ ਲੱਗੀ ਹੈ, ਉਸ ਤੋਂ ਬਾਅਦ DHL ਭਾਰਤ ਹੈਵੀ ਇਲੈਕਟ੍ਰੀਕਲ ਉੱਥੋਂ ਗੱਡੀ ਮੰਗਵਾਈ, ਤਰਨ ਤਾਰਨ ਤੋਂ ਗੱਡੀਆਂ ਮੰਗਵਾਈਆਂ ਅਤੇ ਜਦੋਂ ਤੱਕ ਗੱਡੀਆਂ ਇੱਥੇ ਪਹੁੰਚੀਆਂ ਉਦੋਂ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਅਤੇ ਮੈਂ ਸਮਝਦਾ ਕਿ ਇਹਦੇ ਵਿੱਚ ਜਿੱਥੇ ਸ਼ੋਰਟ ਸਰਕਟ ਦੀ ਗੱਲ ਹੋਈ ਉਹਦੇ ਨਾਲ ਨਾਲ ਇੱਕ ਬਹੁਤ ਵੱਡਾ ਸਰਕਾਰ ਦੀ ਨਲਾਇਕੀ ਵੀ ਹੈ। ਜੇ ਕਿਤੇ ਸਮੇਂ ਦੇ ਮੁਤਾਬਕ ਜੇ ਟਾਈਮ ਸਿਰ ਉੱਥੇ ਗੱਡੀਆਂ ਪਹੁੰਚ ਜਾਂਦੀਆਂ ਫਾਇਰ ਬ੍ਰਿਗੇਡ ਵਾਲਿਆਂ ਦੀਆਂ ਅਤੇ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਾਬੂ ਕੀਤਾ ਜਾ ਸਕਦਾ ਸੀ ਅਤੇ ਅੱਜ ਕਰੋੜਾਂ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਕਿ ਜਲਦੀ ਪੂਰਾ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਫੈਕਟਰੀ ਅੰਦਰ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਏ ਦਾ ਕੱਚਾ ਮਾਲ ਸੜ ਕੇ ਸੁਬਾਹ ਹੋ ਗਿਆ। ਗੋਇੰਦਵਾਲ ਸਾਹਿਬ ਤੋਂ ਰਵੀ ਖਹਿਰਾ, ਪੰਜਾਬੀ ਲੋਕ ਚੈਨਲ।